ਕੀ ਮਰਦਾਨਗੀ ਦੇ ਟੈਸਟ ਹੁਣ ਫਾਈਨੈਂਸ ਮਿਨਿਸਟਰ ਸਾਹਿਬ ਕਰਨਗੇ? ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਆਖਰੀ ਦਿਨ ਵੀ ਮਨਪ੍ਰੀਤ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਨੋਕ ਝੋਕ ਜਾਰੀ ਰਹੀ। ਬਜਟ ਇਜਲਾਸ ਦੇ ਸਮਾਪਤੀ ਭਾਸ਼ਣ 'ਚ ਖਜ਼ਾਨਾ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ਤੇ ਜਾਇਦਾਦ ਨੂੰ ਲੈ ਕੇ ਨਿੱਜੀ ਤੰਜ ਕੱਸੇ ਤਾਂ ਗੁੱਸੇ ਵਿੱਚ ਆਏ ਪੂਰੇ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਮਨਪ੍ਰੀਤ ਬਾਦਲ ਅਤੇ ਕਾਂਗਰਸ ਤੇ ਜੰਮ ਕੇ ਭੜਾਸ ਕੱਢੀ। ਅਕਾਲੀ ਦਲ ਨੇ ਹੱਥਾਂ 'ਚ ਬੈਨਰ ਫੜ ਕੇ ਕਾਂਗਰਸ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਵੀ ਮਨਪ੍ਰੀਤ ਬਾਦਲ ਤੇ ਨਿੱਜੀ ਸ਼ਬਦੀ ਹਮਲੇ ਕਰਦੇ ਨਜ਼ਰ ਆਏ। ਸਰਕਾਰ ਦੀ ਸੀਰੀਅਸਨੈਸ, 6 ਦਿਨ ਦੇ ਬਜਟ ਸੈਸ਼ਨ ਤੋਂ ਜਗ ਜ਼ਾਹਰ ਹੋ ਰਹੀ ਹੈ। ਭਾਸ਼ਣ ਤੁਸੀਂ ਸੁਣ ਲਿਆ ਕਿ ਮਰਦਾਨਗੀ ਦੇ ਟੈਸਟ ਹੁਣ ਫਾਈਨੈਂਸ ਮਿਨਿਸਟਰ ਸਾਹਿਬ ਕਰਨਗੇ, ਬਜਟ ਨਹੀਂ ਪੇਸ਼ ਕਰਨਗੇ। ਮੈਂ ਹੈਰਾਨ ਹੋ ਗਿਆ। ਮੈਂ ਬਿਲਕੁਲ ਇਸ ਗੱਲ 'ਤੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਸਤਿਕਾਰਯੋਗ ਮੇਰੀ ਰਿਸ਼ਤੇਦਾਰੀ ਇਹੋ ਜਿਹੀ ਹੈ, ਪਰਿਵਾਰ ਇਹੋ ਜਿਹਾ, ਮਗਰ ਕਿਉਂਕਿ ਅੱਜ ਹੈਲਥ ਮਹਿਕਮੇ ਦਾ ਚਾਰਜ ਵੀ ਖਜ਼ਾਨਾ ਮੰਤਰੀ ਨੇ ਅੱਜ ਖੋਹ ਲਿਆ ਲੱਗਦਾ, ਅਤੇ FM ਆਪਣੀ ਬਜਟ ਭਾਸ਼ਣ ਦੇਣ ਦੀ ਜਗ੍ਹਾ, ਆਈ ਥਿੰਕ ਤੁਸੀਂ ਵੇਖਿਆ, ਤੁਸੀਂ ਸੁਣਿਆ ਹੋਣਾ ਕਿ ਕਿਸ ਤਰੀਕੇ ਦੀ ਭਾਸ਼ਾ ਵਰਤੀ ਹੈ। ਮੈਂ ਕਹਿੰਦਾ ਸਾਡੇ ਬਿੱਲ ਜਾਚਣ ਤੋਂ ਪਹਿਲਾਂ ਸਤਿਕਾਰਯੋਗ ਆਪਣੇ ਬਜ਼ੁਰਗਾਂ ਦੇ ਬਿੱਲ ਜਾਚ ਲੈਣ ਤੇ ਇਹ ਗੱਲ ਚੰਗੀ ਹੋਊਗੀ। ਮੈਂ ਤੋਂ ਅੱਗੇ ਕੁਛ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੇਰੀ ਹੈਸੀਅਤ ਕੋਈ ਨਹੀਂ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਨੇ ਬਜਟ ਇਜਲਾਸ ਦੌਰਾਨ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਸਦਨ ਦੇ ਸਪੀਕਰ ਕਾਂਗਰਸ ਨਾਲ ਮਿਲ ਕੇ ਵਿਰੋਧੀਆਂ ਤੋਂ ਬੋਲਣ ਦਾ ਹੱਕ ਖੋ ਰਹੇ ਨੇ। ਦੇਖੋ, ਇੱਕ ਖੁਦਕੁਸ਼ੀ 'ਤੇ ਰਿਪੋਰਟ ਪੇਸ਼ ਕੀਤੀ ਸੁਖ ਸਰਕਾਰੀਆ ਜੀ ਨੇ। ਸਾਡਾ ਮੈਂਬਰ ਚੰਦੂ ਮਾਜਰਾ ਸਾਹਿਬ ਉਹਦੇ 'ਤੇ ਮੈਂਬਰ ਨੇ, ਅਸੀਂ ਆਪਦੇ ਉਹਦੇ 'ਚ ਕੰਸਰਨ ਡਾਇਸੈਂਟ ਨੋਟ ਪੇਸ਼ ਕੀਤਾ ਅਤੇ ਸਾਡੀ ਆਵਾਜ਼ ਸੁਣਨ ਤੋਂ ਮਨਾ ਕਰਤਾ। ਮੈਂ ਕਿਹਾ ਜੇ ਤੁਸੀਂ ਸਦਨ 'ਚ ਰਿਪੋਰਟ ਪੇਸ਼ ਕਰ ਰਹੇ ਹੋ ਤਾਂ ਜਿਹੜੇ ਖਦਸ਼ੇ ਹਰਿੰਦਰ ਸਿੰਘ ਜੀ ਚੰਦੂ ਮਾਜਰਾ ਸਾਹਿਬ ਨੇ ਉਸ ਮੈਂਬਰ ਹੋਣ ਦੇ ਨਾਤੇ ਕਮੇਟੀ ਦੇ ਰੱਖਣੇ ਆ ਉਹ ਵੀ ਸੁਣ ਲਓ। ਫਿਰ ਜੇ ਤੁਸੀਂ ਉਸ ਗੱਲ 'ਤੇ ਵੀ ਨਹੀਂ ਆਉਂਦੇ, ਸਾਨੂੰ ਕਹਿੰਦੇ ਚੰਗਾ ਜਾਓ ਟੇਬਲ 'ਤੇ ਤੁਸੀਂ ਗੱਲ ਕਰ ਲਿਓ, ਅਸੀਂ ਵਾਪਸ ਗਏ ਗੱਲ ਕਰਨ 'ਤੇ, ਸਾਨੂੰ ਕਹਿੰਦੇ ਨੋ। ਮੈਨੂੰ ਇੱਕ ਗੱਲ ਦੱਸੋ, ਪੁਆਇੰਟ ਆਫ ਆਰਡਰ ਇੱਕ ਅਧਿਕਾਰ ਹੈ, ਹਰ MLA ਦਾ ਅਧਿਕਾਰ ਹੈ। ਸਪੀਕਰ ਸਾਹਿਬ ਨੇ ਤਾਂ ਉਹ ਵੀ ਅਧਿਕਾਰ ਖੋਹਣੇ ਸ਼ੁਰੂ ਕਰਤੇ। ਕਾਨਫਰੰਸ ਦੌਰਾਨ ਅਕਾਲੀ ਦਲ ਨੇ ਗੁੰਡਾ ਟੈਕਸ ਦੇ ਮੁੱਦੇ 'ਤੇ ਵੀ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲਿਆ। ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਗੁੰਡਾ ਟੈਕਸ ਮਾਮਲੇ 'ਤੇ ਕੁਝ ਵੀ ਸੁਣਨ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ, ਬਠਿੰਡਾ ਜ਼ਿਲ੍ਹਾ ਸਭ ਤੋਂ ਵੱਡੇ ਪੀੜਤਾਂ ਜੋ ਸਰਵਿਸ ਟੈਕਸ, ਤੁਸੀਂ ਅਖਬਾਰਾਂ 'ਚ ਵੀ ਪੜ੍ਹਿਆ ਹੋਣਾ ਪਿਛਲੀ ਵਾਰੀ ਰਿਫਾਇਨਰੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਗੁੰਡਾ ਟੈਕਸ ਲੱਗਦਾ ਉਹ ਜੋ ਗੁੰਡਾ ਟੈਕਸ ਲੱਗਦਾ। ਮੈਂ ਤਾਂ ਸਿਰਫ FM ਸਾਹਿਬ ਨੂੰ 2 ਮਿੰਟ ਲਈ ਇਸ ਕਰਕੇ ਪੁੱਛਣਾ ਸੀਗਾ ਵੀ ਜਿੱਥੇ GST ਲਾਈ ਆ ਉੱਥੇ ਸਾਨੂੰ GST ਬਾਰੇ ਵੀ ਦੱਸ ਦਿੱਤਾ ਵੀ GST ਦਾ ਕੀ ਹੱਲ ਆ, ਕਿਉਂਕਿ ਡਬਲ ਬੋਝ ਸਾਡੇ 'ਤੇ ਪੈ ਰਿਹਾ ਅਤੇ ਉਸ ਗੱਲ ਤੋਂ ਰੌਲਾ ਪਾ ਕੇ ਬਹਿ ਗਏ। ਬਹਿਰਾਲ ਵਿਧਾਨ ਸਭਾ ਦਾ ਬਜਟ ਇਜਲਾਸ ਖਤਮ ਹੋ ਚੁੱਕਿਆ। ਹਾਲਾਂਕਿ ਬਜਟ ਇਜਲਾਸ ਦੌਰਾਨ ਪੈਂਦੇ ਰੌਲੇ ਰੱਪਿਆਂ ਦੇ ਕਾਰਨ ਆਮ ਲੋਕਾਂ ਦੇ ਹੱਥ ਕੁਝ ਖਾਸ ਨਹੀਂ ਲੱਗਿਆ।
ਪਰ ਫਿਰ ਵੀ ਇਸ ਰੌਲੇ ਗੋਲੇ ਤੋਂ ਪਰੇ ਸੂਬੇ ਦੀ ਕੈਪਟਨ ਸਰਕਾਰ ਆਮ ਲੋਕਾਂ ਨੂੰ 2 ਨਵੇਂ ਟੈਕਸ ਦੇ ਗਈ ਹੈ, ਜਿਸ ਨੇ ਮਹਿੰਗਾਈ ਦੀ ਮਾਰ ਚੱਲਦੇ ਆਮ ਲੋਕਾਂ ਦੇ ਲੱਕ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ।